ਨਹੀਂ ਜੀ, ਇਹ ਸਾਡੇ ਪਿੰਡ ਦੇ ਤੋਂ ਦਰਜੀ ਵਪਾਰੀ ਹੋਇਆ ਕਰਦੇ ਸੀਗੇ, ਜੋ ਕਿ ਰੋਪੜ ਜ਼ਿਲ੍ਹੇ ਦੇ ਸੰਬੰਧਿਤ ਵਪਾਰੀਆਂ ਨਾਲ ਰਲ ਕੇ ਵਪਾਰ ਕਰਦੇ ਹੁੰਦੇ ਸੀਗੇ। ਉਦੋਂ ਇਹ ਝਿੜੀ ਹੁੰਦੀ ਸੀ ਕਿਉਂਕਿ ਇੱਥੇ ਨੇੜੇ ਪਾਣੀ ਦਾ ਸੂਆ ਸੀਗਾ, ਉਸ ਕਰਕੇ ਇੱਥੇ ਰੁਕੇ ਸੀਗੇ ਇਸ ਝਿੜੀ ਦੇ ਵਿੱਚ। ਤਾਂ ਬਾਬਾ ਰਾਮ ਸਿੰਘ ਜੀ ਨੂੰ ਸੁਪਨੇ ਦੇ ਵਿੱਚ ਇਹ ਜਿਹੜਾ ਅਸਥਾਨ ਸੀਗਾ ਦਿਖਾਈ ਦਿੱਤਾ ਸੀ, ਉਹਨਾਂ ਨੇ ਆਪ ਆ ਕੇ ਇੱਥੇ ਪ੍ਰਗਟ ਕਰਿਆ ਜੀ। ਤੁਸੀਂ ਜੁੜਿਓ ਪੰਜਾਬ ਨਾਲ। ਅਸੀਂ ਅੱਜ ਪਹੁੰਚੇ ਹਾਂ ਇਤਿਹਾਸਕ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾਸੇ ਸੇਮੀ ਪਿੰਡ ਘੰਗਰਾਣਾ ਵਿਖੇ, ਜਿੱਥੇ ਤੁਹਾਨੂੰ ਉਸ ਗੁਰਦੁਆਰੇ ਦਾ ਇਤਿਹਾਸ ਬਾਰੇ ਦੱਸਾਂਗੇ ਅਤੇ ਉੱਥੋਂ ਦੇ ਪ੍ਰਬੰਧਕਾਂ ਨਾਲ ਗੱਲ ਕਰਵਾਵਾਂਗੇ ਕਿ ਇੱਥੋਂ ਦਾ ਇਤਿਹਾਸ ਆ। ਅਸੀਂ ਗੱਲ ਕਰਵਾ ਰਹੇ ਇੱਥੋਂ ਦੇ ਪ੍ਰਧਾਨ ਸਰਦਾਰ ਭਗਵੰਤ ਸਿੰਘ ਜੀ ਨਾਲ, ਅਤੇ ਸਾਨੂੰ ਇੱਥੋਂ ਦੇ ਇਤਿਹਾਸ ਬਾਰੇ ਜੋ ਕਿ ਚਾਨਣਾ ਪਾਉਣਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ TV ਵਾਲਿਆਂ ਦਾ ਧੰਨਵਾਦ ਕਰਦੇ ਹਾਂ ਜੀ, ਜੋ ਸਾਡੇ ਪਿੰਡ ਪਹੁੰਚੇ ਨੇ 10ਵੇਂ 6ਵੇਂ ਪਾਤਸ਼ਾਹ ਦਾ ਇਤਿਹਾਸ ਸਰਵਣ ਕਰਾਉਣ ਲਈ। ਅਸੀਂ ਪ੍ਰਧਾਨ ਜੀ, ਅਸੀਂ ਲੋਕਾਂ ਨੂੰ, ਸੰਗਤ ਨੂੰ ਇੱਥੋਂ ਦੇ ਘਗਰਾਣਾ ਦੇ ਜੋ ਗੁਰੂ ਘਰ ਹੈਗਾ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜੋ ਇਤਿਹਾਸ ਆ, ਇੱਥੇ ਆ ਕੇ ਰੋਕੇ ਕੀ ਆ ਪੂਰਾ ਇਤਿਹਾਸ ਸਾਡੇ ਸੰਗਤ ਨੂੰ ਦੱਸੋਗੇ? ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਜਗਤ ਜਲੰਧੇ ਨੂੰ ਤਾਰਦੇ ਹੋਏ ਸਾਡੇ ਪਿੰਡ ਘਗਰਾਣਾ 1688 ਸਨ 1631 25 ਫੱਗਣ ਵਾਲੇ ਦਿਨ ਇੱਥੇ ਪਹੁੰਚੇ ਜੀ। ਇੱਥੇ ਕੁਛ ਟਾਈਮ ਆਰਾਮ ਕਰਨ ਤੋਂ ਬਾਅਦ ਫਿਰ ਇੱਥੋਂ ਅੱਗੇ ਚਾਲੇ ਪਏ ਨੇ ਜੀ। ਜੇ ਆਪਾਂ ਲਾਈਏ ਇੱਥੋਂ ਦੇ ਇਤਿਹਾਸ ਬਾਰੇ, ਅਤੇ ਉਹਨਾਂ ਦੇ ਜੋ ਉਰੇ ਕੋਈ ਨਿਸ਼ਾਨੀ ਛੱਡ ਕੇ ਗਏ ਸੀਗੇ ਇਸ ਪਿੰਡ ਲਈ? ਨਹੀਂ ਜੀ, ਇਹ ਸਾਡੇ ਪਿੰਡ ਦੇ ਤੋਂ ਦਰਜੀ ਵਪਾਰੀ ਹੋਇਆ ਕਰਦੇ ਸੀਗੇ, ਜੋ ਕਿ ਰੋਪੜ ਜ਼ਿਲ੍ਹੇ ਦੇ ਸੰਬੰਧਿਤ ਵਪਾਰੀਆਂ ਨਾਲ ਰਲ ਕੇ ਵਪਾਰ ਕਰਦੇ ਹੁੰਦੇ ਸੀਗੇ। ਇੱਕ ਦਿਨ ਉਹਨਾਂ ਨੂੰ ਉਹਨਾਂ ਵਪਾਰੀਆਂ ਨੇ, ਮੁਸਲਮਾਨ ਵੀਰਾਂ ਨੇ ਦੱਸਿਆ ਕਿ ਸਾਡੇ ਕੋਲ ਗੁਰੂ ਸਾਹਿਬ ਦਾ ਜੋੜਾ ਪਿਆ ਜੀ। ਉਸ ਤੋਂ ਬਾਅਦ ਇਹ ਜੋ ਦਰਜੀ ਭਰਾ ਸੀਗੇ, ਇਹਨਾਂ ਨੇ ਉਹਨਾਂ ਤੋਂ ਪੇਸ਼ਕਸ਼ ਕੀਤੀ ਕਿ ਸਾਨੂੰ ਜੋੜਾ ਸਾਹਿਬ ਦੇ ਦਿਓ। ਉਹਨਾਂ ਨੇ ਇਹ ਜੋੜੇ ਦੇ ਬਦਲੇ 2 ਝੋਟੀਆਂ ਮੰਗੀਆਂ। ਚਲੋ, ਇਹਨਾਂ ਨੇ ਫਿਰ 2 ਝੋਟੀਆਂ ਉਹਨਾਂ ਨੂੰ ਦਿੱਤੀਆਂ, ਉਸ ਬਦਲੇ ਜੋੜਾ ਇਹ ਆਪਣੇ ਘਰ ਲੈ ਆਏ। ਘਰ ਲਿਆਉਣ ਤੋਂ ਉਪਰੰਤ ਇਹ ਬਹੁਤ ਚਿਰ ਆਪਣੇ ਘਰ ਵਿੱਚ ਰੱਖ ਕੇ ਜੋੜਾ ਸਾਹਿਬ ਦੀ ਸੇਵਾ ਕਰਦੇ ਰਹੇ। ਉਸ ਤੋਂ ਬਾਅਦ ਜਦੋਂ ਇਹਨਾਂ ਦੀ ਅਗਲੀ ਪੀੜ੍ਹੀ ਆਉਣ ਵਾਲੀ ਹੋਈ, ਬੁੱਢੇ ਹੋ ਗਏ, ਤਾਂ ਉਦੋਂ ਇਹਨਾਂ ਨੇ ਇਹ ਜੋੜਾ ਸਾਹਿਬ ਗੁਰੂ ਘਰ ਨੂੰ ਸਮਰਪਿਤ ਕਰਤਾ ਕਿ ਸਾਡੇ ਕੋਲੋਂ ਇਹਦੀ ਸੇਵਾ ਨਹੀਂ ਹੋਣੀ, ਤੁਸੀਂ ਇਹਨੂੰ ਹੁਣ ਗੁਰੂ ਘਰ ਦੇ ਵਿੱਚ ਸਾਂਭ ਲਵੋ, ਪਤਾ ਨਹੀਂ ਸਾਡੀਆਂ ਅਗਲੀਆਂ ਪੀੜ੍ਹੀਆਂ ਸਾਂਭਣਗੀਆਂ ਜਾਂ ਨਹੀਂ ਸਾਂਭਣਗੀਆਂ। ਇਸ ਕਰਕੇ ਜੋੜਾ ਸਾਹਿਬ ਹੁਣ ਗੁਰਦੁਆਰਾ 6ਵੇਂ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਇੱਥੇ ਪਿਆ ਜੀ। ਆਪਾਂ ਗੱਲ ਕਰੀਏ ਕਿਹੜੇ ਸੰਨ ਦੇ ਵਿੱਚ ਜਾਂ ਬਿਕਰਮੀ ਦੇ ਵਿੱਚ ਗੁਰੂ ਜੀ ਇੱਥੇ, ਗੁਰੂ ਹਰਗੋਬਿੰਦ ਸਿੰਘ ਜੀ ਪਹੁੰਚੇ ਸੀ, ਸਾਡੇ ਸੰਗਤਾਂ ਨੂੰ ਇਸ ਦਾ ਮਤਲਬ ਪੂਰਾ ਗਿਆਨ ਦਿਓਗੇ? ਇਹ ਤਖਤੂਪੁਰਾ, ਹਠੂਰ, ਪੱਖੋਵਾਲ ਅਤੇ ਗੁੱਜਰਵਾਲ ਹੁੰਦੇ ਹੋਏ ਪਿੰਡ ਘਗਰਾਣਾ 1631 ਸਨ 25 ਫੱਗਣ ਨੂੰ ਪਿੰਡ ਘਗਰਾਣਾ ਵਿਖੇ ਪਹੁੰਚੇ ਸੀਗੇ ਜੀ, 2200 ਘੋੜ ਸਵਾਰਾਂ ਦੇ ਨਾਲ। ਉਦੋਂ ਇਹ ਝਿੜੀ ਹੁੰਦੀ ਸੀ ਕਿਉਂਕਿ ਇੱਥੇ ਨੇੜੇ ਪਾਣੀ ਦਾ ਸੂਆ ਸੀਗਾ, ਉਸ ਕਰਕੇ ਇੱਥੇ ਰੁਕੇ ਸੀਗੇ ਇਸ ਝਿੜੀ ਦੇ ਵਿੱਚ। ਕਿੰਨਾ ਕੁ ਟਾਈਮ ਇੱਥੇ ਗੁਰੂ ਰੁਕੇ ਸੀਗੇ ਆਪਣੇ? ਕਿੰਨਾ ਟਾਈਮ ਇੱਥੇ ਮਤਲਬ ਉਹਨਾਂ ਨੇ ਟਾਈਮ ਗੁਜ਼ਾਰਿਆ ਸੀਗਾ? ਗੁਰੂ ਸਾਹਿਬ ਲਗਭਗ ਇੱਥੇ 1 ਦਿਨ ਰੁਕੇ ਸੀਗੇ ਜੀ, ਕਿਉਂਕਿ ਫਿਰ ਅੱਗੇ ਜਾਣਾ ਸੀਗਾ ਇੱਥੋਂ। ਫਿਰ ਇਹ ਜੰਡਾਲੀ, ਜਗੇੜਾ, ਇੱਥੋਂ ਚੱਲਦੇ ਚੱਲਦੇ ਫਿਰ ਘੁੜਾਣੀ ਸਾਹਿਬ ਪਹੁੰਚ ਗਏ ਰਾੜਾ ਸਾਹਿਬ ਹੁੰਦੇ ਹੋਏ। ਉੱਥੇ ਜਾ ਕੇ ਫਿਰ ਇਹਨਾਂ ਨੇ ਆਰਾਮ ਕੀਤਾ ਕਈ ਦਿਨਾਂ ਤੱਕ। ਜੋ ਗੁਰੂ ਇੱਥੇ ਗੁਰੂ ਘਰ ਦੀ ਸੇਵਾ ਨਿਭਾਈ ਸ਼ੁਰੂ ਕੀਤੀ, ਉਹ ਕਿਹਨਾਂ ਵੱਲੋਂ ਕੀਤੀ ਗਈ ਸੀਗੀ? ਸੰਤ ਬਾਬਾ ਰਾਮ ਸਿੰਘ ਜੀ ਨੇ ਕਰਾਈ ਸੀਗੀ ਜੀ। ਸੰਤ ਬਾਬਾ ਰਾਮ ਸਿੰਘ ਜੀ ਨੂੰ ਸੁਪਨੇ ਦੇ ਵਿੱਚ ਇਹ ਜਿਹੜਾ ਅਸਥਾਨ ਸੀਗਾ ਦਿਖਾਈ ਦਿੱਤਾ ਸੀ, ਉਹਨਾਂ ਨੇ ਆਪ ਆ ਕੇ ਇੱਥੇ ਪ੍ਰਗਟ ਕਰਿਆ ਜੀ। ਉਹਨਾਂ ਨੇ ਫਿਰ ਇਹਦੀ ਕਾਰ ਸੇਵਾ ਆਰੰਭ ਕਰੀ ਸੀਗੀ 1953 ਦੇ ਵਿੱਚ ਲਗਭਗ। ਕਿੰਨੇ ਕੁ ਸੰਗਤ ਜੁੜ ਜਾਂਦੀ ਹੈ ਇੱਥੇ? ਕਿੰਨੇ ਕੁ ਪਿੰਡਾਂ ਦੇ ਲੋਕ ਆਉਂਦੇ ਨੇ? ਕਿੰਨੇ ਕੁ ਲੋਕਾਂ ਨੂੰ ਇਹ ਗਿਆਨ ਆ ਕੇ ਇੱਥੇ ਕੋਈ ਇਤਿਹਾਸਕ ਗੁਰਦੁਆਰਾ ਪਿੰਡ ਘੰਗਰਾਣਾ ਦੇ ਵਿੱਚ ਵੀ ਹੈ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਿੰਡ ਪੈਂਦਾ ਹੈ ਘੰਗਰਾਣਾ, ਕਿੰਨੇ ਕੁ ਲੋਕ ਇੱਥੇ ਪਹੁੰਚ ਜਾਂਦੇ ਨੇ? ਜਿੱਦਾਂ ਸੰਗਰਾਂਦ ਨੂੰ ਜਾਂ ਪੂਰਨਮਾਸ਼ੀ ਜਾਂ ਕੋਈ ਪ੍ਰੋਗਰਾਮ ਆਉਂਦਾ ਗਾ, ਉਦੋਂ ਕਿੰਨੇ ਕੁ ਲੋਕ ਇਕੱਠੇ ਹੁੰਦੇ ਨੇ?
ਇੱਥੇ ਲੋਕ ਕਾਫੀ ਇਕੱਠੇ ਹੁੰਦੇ ਜੀ, ਲੁਧਿਆਣੇ ਤੋਂ ਵੀ ਆਉਂਦੇ ਨੇ, ਪਟਿਆਲੇ ਤੋਂ ਵੀ ਕੁਛ ਜਿਹੜੇ ਪਰਿਵਾਰ ਨੇ ਆਉਂਦੇ ਨੇ। ਦਸਵੀਂ ਸੰਗਰਾਂਦ ਨੂੰ ਜ਼ਿਆਦਾਤਰ ਕਰਕੇ ਜਦੋਂ ਦੁਸਹਿਰੇ ਦਾ ਦਿਨ ਆਉਂਦਾ ਉਸ ਦਿਨ ਤਾਂ ਬਹੁਤ ਦੂਰੋਂ ਦੂਰੋਂ ਸੰਗਤ ਪਹੁੰਚਦੀ ਹੈ ਜੀ ਇੱਥੇ। ਛੇਵੇਂ ਪਾਤਸ਼ਾਹ ਜੀ ਵੱਲੋਂ ਕੋਈ ਵਚਨ ਹੋਇਆ ਇੱਥੇ ਜੋ ਸੰਗਤਾਂ ਦੂਰ ਦੂਰ ਤੋਂ ਆਉਂਦੀਆਂ ਨੇ ਵੀ ਆਹ ਸੁੱਖਣਾ ਪੂਰੀਆਂ ਹੁੰਦੀਆਂ ਨੇ ਲੋਕਾਂ ਦੀਆਂ? ਸੁੱਖਣਾ ਬਹੁਤ ਪੂਰੀਆਂ ਹੁੰਦੀਆਂ ਨੇ ਜੀ, ਪਰ ਬਚਨ ਇੱਥੇ ਕੋਈ ਨਹੀਂ ਹੋਇਆ ਹੈਗਾ। ਸੁੱਖਣਾ ਤੁਸੀਂ ਜੋ ਮਰਜ਼ੀ ਸੁੱਖ ਲਓ ਜੀ, ਹਰ ਚੀਜ਼ ਇੱਥੇ ਮਨੋਕਾਮਨਾ ਪੂਰੀ ਹੁੰਦੀ ਆ। ਲਗਭਗ ਅੱਧੋਂ ਜ਼ਿਆਦਾ ਪਿੰਡ ਵਿਦੇਸ਼ ਦੇ ਵਿੱਚ ਵੱਸਦਾ ਜੀ ਇਹ। ਕੀ ਕਹਿਣਾ ਚਾਹੋਗੇ ਸਾਡੇ ਸੰਗਤਾਂ ਨੂੰ, ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਕਿੰਨੇ ਕੁ ਗੁਰਦੁਆਰੇ ਗੁਰੂ ਘਰ ਜੋ ਕਿ ਇਤਿਹਾਸਕ ਨੇ ਪਿੰਡਾਂ ਦੇ ਵਿੱਚ, ਉਹਨਾਂ ਦਾ ਵੱਧ ਤੋਂ ਵੱਧ ਲੋਕਾਂ ਦੇ ਸਾਹਮਣੇ ਮੀਡੀਆ ਰਾਹੀਂ ਜਾਂ ਕਿੱਦਾਂ ਆਉਣਾ ਚਾਹੀਦਾ, ਕੀ ਕਹਿਣਾ ਚਾਹੋਗੇ ਇਸ ਬਾਰੇ? ਇਸ ਬਾਰੇ ਅਸੀਂ ਕਹਿਣਾ ਚਾਹਾਂਗੇ ਜੀ, ਇਹਨਾਂ ਗੁਰੂ ਘਰਾਂ ਦੀ ਸਾਨੂੰ ਵੱਧ ਤੋਂ ਵੱਧ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਜੋ ਵੀ ਸਾਡੇ ਇਹ ਸਿੱਖ ਇਤਿਹਾਸ ਨਾਲ ਗੁਰਘਰ ਪੁਰਾਣੇ ਆਪਣੇ ਜੁੜੇ ਹੋਏ ਨੇ, ਵੱਧ ਤੋਂ ਵੱਧ ਇਹਨਾਂ ਦੀ ਸੇਵਾ ਕਰੀਏ, ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਅੰਮ੍ਰਿਤ ਛਕਾਈਏ, ਇਸ ਪਾਸੇ ਵੱਲ ਜੋੜੀਏ, ਵੱਧ ਤੋਂ ਵੱਧ ਜਿੰਨਾ ਵੀ ਸਾਤੋਂ ਜੋੜ ਸਕੀਏ ਜੋੜੀਏ, ਇਹਨਾਂ ਦੀ ਸਾਂਭ ਸੰਭਾਲ ਦਾ ਪੂਰਾ ਧਿਆਨ ਰੱਖੀਏ ਜਿਹੜੇ ਸਾਡੇ ਇਤਿਹਾਸਕ ਗੁਰਦੁਆਰੇ ਨੇ, ਨਾ ਕਿ ਅਸੀਂ ਨਵੇਂ ਪਾਸਿਆਂ ਵੱਲ ਨੂੰ ਜਾਈਏ। ਅਸੀਂ ਖੜ੍ਹੇ ਹਾਂ ਜੀ ਪਿੰਡ ਘੰਘਰਾਣਾ ਦੇ ਵਿੱਚ, ਤੁਸੀਂ ਤੁਹਾਨੂੰ ਦਿਖਾ ਰਹੇ ਹਾਂਗੇ ਕਿ ਦੇਖੋ ਗੁਰੂ ਹਰਗੋਬਿੰਦ ਸਿੰਘ ਜੀ ਦੇ ਜੋੜੇ ਵੀ ਤੁਹਾਨੂੰ ਦਿਖਾ ਰਿਹਾ, ਦਰਸ਼ਨ ਕਰਵਾ ਰਿਹਾਗੇ ਦਰਬਾਰ ਸਾਹਿਬ ਦੇ ਅੰਦਰੋਂ, ਪੂਰੇ ਦਰਬਾਰ ਸਾਹਿਬ ਦੇ ਵਿੱਚ ਤੁਹਾਡੇ ਦਰਸ਼ਨ ਕਰਵਾ ਰਿਹਾ ਅਤੇ ਗੁਰੂ ਘਰ ਦੇ ਬਾਹਰੀ ਦਰਸ਼ਨ ਕਰਵਾ ਰਿਹਾ, ਅਤੇ ਦੂਰੋਂ ਨੇੜੋਂ ਆਏ ਸੰਗਤਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਜਦੋਂ ਵੀ ਆਪਾਂ ਇਸ ਏਰੀਏ ਦੇ ਵਿੱਚ ਆਉਣਾ ਤਾਂ ਇੱਥੋਂ ਦੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰੋ। ਤੁਸੀਂ ਦੇਖ ਰਹੇ ਹੋ ਪੰਜਾਬ।